ਪਕ ਸਾਥਿਓ ਤੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼੍ਰੀਕਾਲ ਆਪਾਂ ਹਰ ਰੋਜ਼ ਦੀ ਤਰ੍ਹਾਂ ਕਰਾਂਗੇ ਅੱਜ 25 ਅਕਤੂਬਰ ਦੀ ਮਾਰਨਿੰਗ ਸਲਾਈਡ ਪਿੱਛੇ ਆਪਾਂ ਕੀਤੀ ਸੀ 23 ਅਕਤੂਬਰ ਦੀ ਮਾਰਨਿੰਗ ਸਲਾਈਡ 24 ਅਕਤੂਬਰ ਨੂੰ ਆਪਾਂ ਨੂੰ ਪਤਾ ਹੈ ਦਸਹਿਰੇ ਦਾ ਤਿਉਹਾਰ ਤੇ 25 ਦੀ ਅੱਜ ਆਪਾਂ ਕਰਾਂਗੇ ਮਾਰਨਿੰਗ ਸਲਾਈਡ ਅੱਜ ਦਾ ਦਿਨ ਬੁੱਧਵਾਰ ਅੱਜ ਦੀ ਮਿਤੀ 25 ਅਕਤੂਬਰ 2023 ਤੇ ਪਿਆਰੇ ਬੱਚੋ ਅੱਜ ਦਾ ਵਿਚਾਰ ਹੈ ਵਿਦਿਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਜਿਸ ਨਾਲ ਤੁਸੀਂ ਦੁਨੀਆ ਬਦਲ ਸਕਦੇ ਹੋ ਤਾਂ ਪਿਆਰੇ ਬੱਚੋ ਵਿਦਿਆ ਜਾਨੀ ਕਿ ਜਿਹੜੀ ਆਪਾਂ ਪੜ੍ਹਾਈ ਕਰਦੇ ਆਂ ਇਹ ਹੀ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਇਸ ਦੇ ਨਾਲ ਜਿਹੜਾ ਆਪਾਂ ਦੁਨੀਆ ਨੂੰ ਬਦਲ ਸਕਦੇ ਆ ਦੁਨੀਆ ਨੂੰ ਕਿੱਦਾਂ ਬਦਲ ਸਕਦੇ ਆ ਜਿਵੇਂ ਹੁਣ ਦੇਖੋ ਸਾਇੰਸ ਸਾਇੰਸ ਵੀ ਵਿੱਦਿਆ ਦੇ ਵਿੱਚ ਆਂਦੀ ਹੈ ਵਧੀਆ ਸਾਇੰਸ ਹੁਣ ਤਰੱਕੀ ਕਰ ਰਹੀ ਹੈ ਤੇ ਆਪਾਂ ਪਿੱਛੇ ਜਿਹੜਾ ਚੰਦਰਯਾਨ ਮਿਸ਼ਨ ਦੇ ਬਾਰੇ ਤੁਹਾਨੂੰ ਕਲਾਸ ਦੇ ਵਿੱਚ ਦੱਸਿਆ ਸੀਗਾ ਸਾਰੇ ਹੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਮਿਸ਼ਨ ਬਾਰੇ ਦੱਸਿਆ ਗਿਆ ਸੀ ਤੇ ਉਹ ਹੋਇਆ ਕਿ ਇਸ ਦੀ ਬਦੌਲਤ ਕਿ ਉਹਨਾਂ ਨੇ ਵਿੱਦਿਆ ਗ੍ਰਹਿਣ ਕੀਤੀ ਵਧੀਆ-ਵਧੀਆ ਜਿਹੜੀ ਸਿੱਖਿਆ ਗ੍ਰਹਿਣ ਕੀਤੀ ਸਾਇੰਸ ਅੱਗੇ ਤਰੱਕੀ ਕੀਤੀ ਤੇ ਜਿਹੜਾ ਆਪਾਂ ਮਿਸ਼ਨ ਚੰਨ ਤੱਕ ਪਹੁੰਚ ਗਿਆ ਤੇ ਇਸ ਤਰ੍ਹਾਂ ਜਿਹੜਾ ਵਿੱਦਿਆ ਬਹੁਤ ਸ਼ਕਤੀਸ਼ਾਲੀ ਥਿਆਰ ਹੈ ਇਹਦੇ ਨਾਲ ਜਿਹੜਾ ਤੁਸੀਂ ਦੁਨੀਆ ਵੀ ਬਦਲ ਸਕਦੇ ਹੋ ਅੱਗੇ ਆਪਾਂ ਗੱਲ ਕਰਾਂਗੇ ਅੱਜ ਦੇ ਕੁਐਸਚਨ ਪਹਿਲਾ ਕੁਐਸਚਨ ਹੈ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿੱਥੇ ਹੈ ਤਾਂ ਪਿਆਰੇ ਬੱਚਿਓ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਉਹ ਆਪਣੇ ਪੰਜਾਬ ਦੇ ਵਿੱਚ ਖੰਨਾ ਸ਼ਹਿਰ ਹੈ ਲੁਧਿਆਣਾ ਡਿਸਟ੍ਰਿਕਟ ਦੇ ਅੰਦਰ ਦੂਸਰਾ ਕੁਐਸਚਨ ਹੈ ਸਾਡੇ ਸੂਰਜ ਮੰਡਲ ਵਿੱਚ ਕਿੰਨੇ ਗ੍ਰਹਿ ਹਨ ਇਹਦੇ ਨਾਲ ਦੇ ਪਹਿਲੇ ਵੀ ਕਾਫੀ ਕੁਸਚਨ ਆਏ ਸੀ ਆਪਣੀਆਂ ਸਲਾਈਡਾਂ ਦੇ ਵਿੱਚ ਤੇ ਪਿਆਰੇ ਬੱਚਿਓ ਸੂਰਜ ਮੰਡਲ ਦੇ ਵਿੱਚ ਟੋਟਲ ਜਿਹੜੇ 8 ਗ੍ਰਹਿ ਹੁੰਦੇ ਹਨ ਉਹਨਾਂ 8ਾਂ ਦੇ ਵਿੱਚੋਂ ਜਿਹੜਾ ਪ੍ਰਿਥਵੀ ਯਾਨੀ ਕਿ ਧਰਤੀ ਇਹ ਵੀ ਇੱਕ ਗ੍ਰਹਿ ਹੈ ਅਗਲਾ ਕੁਸਚਨ ਹੈ ਪਿਆਰੇ ਬੱਚਿਓ ਕਿਹੜੇ ਮਹਾਦੀਪ ਵਿੱਚ ਕੋਈ ਵੀ ਰੇਗਿਸਤਾਨ ਨਹੀਂ ਹੈ ਤਾਂ ਪਿਆਰੇ ਬੱਚੋ ਜਿਹੜਾ ਯੂਰਪ ਮਹਾਦੀਪ ਹੈ ਉਸ ਵਿੱਚ ਕੋਈ ਵੀ ਰੇਗਿਸਤਾਨ ਨਹੀਂ ਹੈ ਇਸ ਤੋਂ ਅਗਲਾ ਕੁਐਸਚਨ ਪਿਆਰੇ ਬੱਚੋ ਇੱਕ ਸਾਲ ਵਿੱਚ ਕਿੰਨੇ ਹਫ਼ਤੇ ਹੁੰਦੇ ਹਨ ਤਾਂ ਪਿਆਰੇ ਬੱਚੋ ਇੱਕ ਸਾਲ ਚਫ਼ਤੇ ਹੁੰਦੇ ਹਨ 52 ਅਗਲਾ ਕੁਐਸਚਨ ਜ਼ੀਰਾਫ ਦੀ ਜ਼ੁਬਾਨ ਦਾ ਰੰਗ ਕੀ ਹੁੰਦਾ ਹੈ ਤਾਂ ਪਿਆਰੇ ਬੱਚੋ ਜ਼ੀਰਾਫ ਜਿਹੜਾ ਆਪਾਂ ਤੁਹਾਨੂੰ ਮੇਰੀ ਦੁਨੀਆ ਦੀ ਬੁੱਕ ਦੇ ਵਿੱਚ ਜਦੋਂ ਜਨਵਰਾਂ ਬਾਰੇ ਪੜਾਇਆ ਸੀ ਉਹਦੇ ਵਿੱਚ ਫੋਟੋ ਵੀ ਦਿਖਾਈ ਸੀ ਲੰਬੀ ਗਰਦਨ ਵਾਲਾ ਜ਼ੀਰਾਫ ਉਹਦੀ ਜਿਹੜੀ ਜ਼ੁਬਾਨ ਦਾ ਰੰਗ ਹੁੰਦਾ ਹੈ ਉਹ ਹੁੰਦਾ ਹੈ ਨੀਲਾ ਉਸ ਤੋਂ ਬਾਅਦ ਆਹੋ ਬੁਝਿਏ ਇੱਕ ਖੂਹ ਵਿੱਚ ਪੰਜ ਡੱਡੂ ਹਨ ਦੋ ਡੱਡੂ ਬਿਮਾਰ ਹੋ ਗਏ ਦੱਸੋ ਹੁਣ ਖੂਹ ਵਿੱਚ ਕਿੰਨੇ ਡੱਡੂ ਹਨ ਤਾਂ ਖੂਹ ਵਿੱਚ ਕਿੰਨੇ ਡੱਡੂ ਹਨ ਬੱਚੋ ਪੰਜ ਹੁਣ ਆਪਾਂ ਕਰਾਂਗੇ ਅੱਜ ਦੇ ਜਿਹੜੇ ਵਰਡ ਫਾਰ ਪ੍ਰੈਕਟਿਸ ਤਪਾਰੇ ਬੱਚੋ ਪਹਿਲਾ ਵਰਡ ਹੈ A -N, N U A L ਐਨਵਲ ਐਨਵਲ ਕੀ ਹੁੰਦਾ ਹੈ ਸਾਲਾਨਾ ਸਾਲਾਨਾ ਮਤਲਬ ਜਿਹੜਾ ਸਾਲ ਚ ਇੱਕ ਵਾਰ ਹੁੰਦਾ ਹੈ ਉਸ ਤੋਂ ਬਾਅਦ ਕੈਨਲ K E N, -N E L ਕੈਨਲ ਕੈਨਲ ਕੀ ਹੁੰਦਾ ਹੈ ਕੁੱਤਿਆਂ ਦਾ ਨਿਵਾਸ ਸਥਾਨ ਉਸ ਤੋਂ ਬਾਅਦ ਆ ਗਿਆ ਟਨਲ T U N E L ਟਨਲ ਟਨਲ ਕੀ ਹੁੰਦਾ ਹੈ ਸ਼ਰੰਗ ਅਗਲਾ ਚੌਥਾ ਵਰਡ ਹੈ ਬੱਚੋ ਸਨੀ S U N, -N Y ਸਨੀ ਸਨੀ ਹੁੰਦਾ ਹੈ ਧੁੱਪ ਵਾਲਾ ਦਿਨ ਅਗਲਾ ਹੈ ਬੈਨਰ B A N N E R ਬੈਨਰ ਬੈਨਰ ਹੁੰਦਾ ਹੈ ਮਸ਼ਹੂਰੀ ਦਾ ਝੰਡਾ ਜਿਵੇਂ ਆਪਣੇ ਬਾਹਰ ਦੇਖੋ ਸਕੂਲ ਦੇ ਬਾਹਰ ਵੀ ਬੈਨਰ ਲੱਗਿਆ ਹੈ ਸਕੂਲ ਦਾ ਜਾਂ ਕਿਸੇ ਵੀ ਚੀਜ਼ ਦੀ ਮਸ਼ਹੂਰੀ ਕਰਨ ਵਾਸਤੇ ਉਹਦੇ ਕੀ ਹੈ ਬੈਨਰ ਬਣਾ ਕੇ ਲਗਾਏ ਜਾਂਦੇ ਹਨ ਤਾਂ ਅਧਿਆਪਕ ਸਾਥੀਓ ਪਿਆਰੇ ਬੱਚਿਓ ਏਸੀ 25 ਅਕਤੂਬਰ ਦੀ ਮਾਰਨਿੰਗ ਸਲਾਈਡ ਜੇਕਰ ਤੁਸੀਂ ਚੈਨਲ ਤੇ ਅਜੇ ਤੱਕ ਨਵੇਂ ਹੋ ਤਾਂ ਆਪਣੇ ਚੈਨਲ ਸਕੂਲ ਨਿਊਜ਼ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਡੇਲੀ ਦੀ ਜਿਹੜੀ ਮਾਰਨਿੰਗ ਸਲਾਈਡ ਮਿਲ ਸਕੇ ਤੇ ਨਾਲ ਹੀ ਤੁਸੀਂ ਜਿਹੜਾ ਟੈਲੀਗ੍ਰam ਚੈਨਲ ਹੈ ਉਹਨੂੰ ਵੀ ਜੁਆਇਨ ਕਰ ਲਓ ਉੱਥੇ ਆਪਾਂ ਮਾਰਨਿੰਗ ਸਲਾਈਡ ਦੀ ਪੀਡੀਐਫ ਤੇ ਨਾਲ ਹੀ ਜਿਹੜੇ ਐਜੂਕੇਸ਼ਨ ਰਿਲੇਟਡ ਜਿੰਨੇ ਵੀ ਜਿਹੜੇ ਲੈਟਰਸ ਆਉਂਦੇ ਆ ਉਹ ਆਪਾਂ ਉੱਥੇ ਅਪਲੋਡ ਕਰਦੇ ਆ ਤੇ ਤੁਸੀਂ ਟੈਲੀਗ੍ਰam ਨੂੰ ਵੀ ਜ਼ਰੂਰ ਜੁਆਇਨ ਕਰ ਲਓ ਥੈਂਕ ਯੂ ਜੀ